ਤੇ ਭਾਈ ਬਣ ਕੇ ਗਰਦ ਕੱਢ ਦੋ ਪੋਸਟਰ ਤੇ ਵੀ ਤੇ ਆਪਾਂ ਪਾਵਾਂਗੇ ਤੇ ਫੇਸਬੁੱਕ ਤੇ ਵੀ ਆਪਣੇ ਤੇ ਗਾਣੇ ਤਾਂ ਆਪਣੇ ਕੱਢਣੀ ਗਰਦ ਤੇ ਭਾਈ ਗੁਲਾਬ ਸਿੱਧੂ ਜੌਂਟੀ ਢਿੱਲੋਂ ਮਿੱਤਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੁਣ ਆਪਾਂ ਆ ਗਏ ਬਰਨਾਲਾ ਰੋਡ ਤੇ ਸੰਗਰੂਰ ਤੇ ਸਮਾਨ ਲੈਣਾ ਇੱਥੇ ਘਰ ਦਾ ਉਹ ਦੇਖੋ ਸਾਹਮਣੇ ਨਾ ਇੱਕ ਮਿੰਟ ਸਾਹਮਣੇ ਦੇਖੋ ਤੁਸੀਂ ਸਾਹਮਣੇ ਨਾ ਪੁਲਿਸ ਖੜੀ ਆ ਤੇ ਮੈਨੂੰ ਤਾਂ ਇਹ ਤੀ ਮਖਾ ਚੱਲ ਜਾ ਕੇ ਇੱਧਰ ਵੀ ਸਮਾਨ ਲਿਆਉਣਾ ਉੱਥੋਂ ਮੈਂ ਬਾਈਪਾਸ ਉਹਨਾਂ ਨੂੰ ਮੁੜਾਇਆ ਪਿੰਡੋਂ ਆਉਂਦਾ ਆ ਚਲੋ ਇੱਕ ਮਿੰਟ ਫੇਸ ਕੈਮਰਾ ਕਰਕੇ ਆਪਾਂ ਗੱਲ ਕਰਦੇ ਤੇ ਮੈਂ ਪਿੰਡੋਂ ਮੁੜਿਆ ਤੀ ਬਾਈਪਾਸ ਮਾਲਾ ਇੱਧਰ ਵੀ ਜਾਂਦਾ ਬੜੋਖਿਆਂ ਗੰਨੀ ਅੱਜ ਨਾਲ ਤੇਲ ਪਾਉਣਾ ਤੀ ਪੰਪ ਤੋਂ ਅਤੇ ਮਗਲਾ ਇੱਧਰ ਹੀ ਜਾਂਦਾ ਅੱਜ ਵੀ ਬਰਨਾਲਾ ਕੈਂਚੇ ਜਾ ਕੇ ਸਿੱਧਾ ਲੰਘ ਜੂ ਵੀ ਧੂਰੀ ਗੇਟੋਂ ਸਮਾਨ ਲੈ ਕੇ ਆ ਜੂੰਗਾ ਅਤੇ ਸੰਗਰੂਰ ਧੂਰੀ ਗੇਟ ਵੱਜ ਦੇਣਾ ਆਪਾਂ ਇੱਧਰੋਂ ਬਰਨਾਲਾ ਕੈਂਚੇ ਨੂੰ ਐਂਟਰ ਹੁੰਦੇ ਹਾਂ ਸੰਗਰੂਰ 'ਚ ਉਦੋਂ ਅਤੇ ਉੱਥੋਂ ਮਤਲਬ ਸਮਾਨ ਲੈ ਕੇ ਵਾਪਸ ਮੁੜਿਆਉਂਗਾ ਅਤੇ ਇੱਥੇ ਗਾਹਾਂ ਦੇਖਿਆ ਉਰੋਂ ਪੁਲਿਸ ਵਾਲੇ ਗਾਹਾਂ ਲੰਘਣ ਹੀ ਨਹੀਂ ਦੇ ਰਹੇ ਕਹਿੰਦੇ ਬਰਨਾਲਾ ਕੈਂਚੀਆਂ 'ਚ ਧਰਨਾ ਲਾਇਆ ਹੋਇਆ ਕਿਸਾਨਾਂ ਨੇ ਬਹੁਤ ਵੱਡਾ ਉਰੋਂ ਹਰੇੜੀ ਰੋਡ ਨੂੰ ਮੁੜ ਜਾਓ ਹਰੇੜੀ ਰੋਡ ਤੋਂ ਗਾਹਾਂ ਉਹ ਕੱਟ ਦਿੰਦੇ ਨੇ ਜਾ ਕੇ ਧੂਰੀ ਰੋਡ 'ਤੇ ਫਿਰ ਉੱਧਰੋਂ ਫਿਰ ਬਾਜ਼ਾਰ 'ਚ ਐਂਟਰੀ ਕਰੋ ਜਾਣੀ ਕਿ ਕਾਫੀ ਵਪਾਰਕ ਪੈਂਦਾ ਫਿਰ ਮੈਂ ਸੋਚਿਆ ਮੈਂ ਆਪਾਂ ਦਾ ਸਮਾਨ ਹੀ ਲੈਣਾ ਅਤੇ ਜਿਹੜਾ ਤੁਹਾਨੂੰ ਹੁਣ ਦਿਖਾਇਆ ਗਾ ਇਹ ਹੈਗਾ ਗਾ ਗਰਗ ਇਹਨਾਂ ਦੇ ਫਿਰ ਮੈਂ ਸਮਾਨ ਸਾਰਾ ਉਰੋਂ ਲੈ ਲਿਆ ਗਰਗ ਵਾਲਿਆਂ ਦਿਓ ਅਤੇ ਬਾਜ਼ਾਰ ਮੈਨੂੰ ਤਾਂ ਜਾਣਾ ਪੈਂਦਾ ਪਹਿਲਾਂ ਬਾਈਆਂ ਨੂੰ ਪੁੱਛਿਆ ਮੈਂ ਕਿ ਵੀ ਏ ਟੀ ਐੱਮ ਚੱਲਦਾ ਤੁਹਾਡੇ ਤਾਂ ਕਰਕੇ ਨਹੀਂ ਫਿਰ ਉਹਨੂੰ ਬਾਜ਼ਾਰ ਜਾਣਾ ਪੈਂਦਾ ਸਮਾਨ ਲੈਣਾ ਅਤੇ ਤਾਂ ਹੁਣ ਆਪਣੇ ਦੇਖੋ ਇਹਨਾਂ ਤੋਂ ਲਿੱਤਾ ਗਰਗ ਵਾਲਿਆਂ ਨੇ ਸਮਾਨ ਲਿੱਤਾ ਸਾਰਾ ਕਰਦਾ ਅਤੇ ਆਹ ਲਿੱਤਾ ਬੁਰਸ ਜਿਹਾ ਜਿਹੜਾ ਸੱਤ ਸੁੱਤ ਸਾਫ਼ ਕਰਨ ਵਾਲਾ ਅਤੇ ਬਾਕੀ ਹੋਰ ਘਰ ਦਾ ਸੌਦਾ ਪੱਤਾ ਲੈ ਕੇ ਜਾਣਾ ਤੁਸੀਂ ਥੋੜ੍ਹਾ ਥੋੜ੍ਹਾ ਜਿਹਾ ਬਾਕੀ ਲਿਆਵਾਂਗੇ ਇੱਕ ਦੋ ਦਿਨਾਂ ਨੂੰ ਦੀਵਾਲੀ ਵਾਲੇ ਦਿਨਾਂ ਜਾਂ 'ਚ ਬਸ ਇੱਕ ਦੋ ਦਿਨਾਂ ਨੂੰ ਜਾਣੀ ਕਿ ਹਫ਼ਤੇ ਦੇ ਵਿੱਚ ਅਤੇ ਉਹੀ ਕਿਸਾਨਾਂ ਦਾ ਉਹੀ ਮਸਲਾ ਜੀਰੀ ਵੇਚ ਲਈਏ ਬਾਕੀ ਸੌਦਾ ਫੇਰ ਲਿਆਵਾਂਗੇ ਤੁਹਾਨੂੰ ਦਿਖਾਵਾਂ ਉਹਨਾਂ ਉਹ ਖੜੇ ਨੇ ਪੁਲਿਸ ਵਾਲੇ ਵਿਚਾਰੇ ਬਹੁਤ ਔਖਾ ਚੜੇ ਇਹਨਾਂ ਨੂੰ ਵੀ ਹੈ ਨਾ ਆਪਾਂ ਕਹੀ ਦਿੰਦੇ ਪੁਲਿਸ ਦੀ ਜੋਬ ਬਹੁਤ ਔਖੇ ਵਿਚਾਰੇ ਦੇਖ ਲਓ ਮੈਨੂੰ ਲੱਗਦਾ ਤੜਕੇ ਦੇ ਖੜੇ ਹੋਣਗੇ ਇੱਥੇ ਲੱਤਾਂ ਸੁੱਜ ਜਾਂਦੀਆਂ ਹੋਣਗੀਆਂ ਨਾ ਖੜਿਆਂ ਦੇ ਵਿਚਾਰਿਆਂ ਦੀਆਂ ਫਿਰ ਬਹੁਤ ਔਖੇ ਪੁਲਿਸ ਦੀ ਜੋਬ ਕਰਨੀ ਆਪਾਂ ਇੱਕ ਮਿੰਟ 'ਚ ਕਹਿ ਦਿੰਦੇ ਹਾਂ ਐਵੇਂ ਐਵੇਂ ਦੇਖੋ ਦੀਦੇ ਨੇ ਖੜੇ ਨਾ ਖਬਰਾਂ ਵਿਚਾਰੇ ਕਿੰਨੇ ਵਜੇ ਦੇ ਖੜੇ ਨੇ ਸਵੇਰ ਦੇ ਸ਼ਾਮ ਤੱਕ ਇੱਥੇ ਖੜਾ ਰਹਿਣਾ ਜਾਂਦਾ ਡਿਊਟੀ ਨਹੀਂ ਚੇਂਜ ਹੁੰਦੀ ਅਤੇ ਇਹ ਹੈਗੇ ਆਪਾਂ ਹੁਣ ਬਰਨਾਲਾ ਰੋਡ 'ਤੇ ਹੋਰ ਵੀ ਦੋਸਤੋ ਆ ਗਏ ਆਪਾਂ ਦੁਬਾਰੇ ਅਤੇ ਮੇਰੀ ਗੱਲ ਇੱਕ ਆਪਣੇ ਵੀਰੇ ਗੱਲ ਕਰਨੀ ਤੀ ਅੱਜ ਵੀ ਆਪਣੇ ਬਾਈ ਦਾ ਗਾਣਾ ਆ ਰਿਹਾ ਗੁਲਾਬ ਸਿੱਧੂ ਦਾ ਅਤੇ ਬਾਈ ਨੇ ਪੋਸਟਰ ਵੀ ਪਾਇਆ ਤੀ ਅਤੇ ਭੇਜਿਆ ਵੀ ਤੀ ਆਪਾਂ ਨੂੰ ਅਤੇ ਆਇਆ ਬਾਈ ਦਾ ਪੋਸਟਰ ਅਤੇ ਭਾਈ ਬਣ ਕੇ ਗਰਦ ਕੱਢ ਦਿਓ ਪੋਸਟਰ 'ਤੇ ਵੀ ਅਤੇ ਆਪਾਂ ਪਾਵਾਂਗੇ ਅੱਜ ਫੇਸਬੁੱਕ 'ਤੇ ਵੀ ਆਪਣੇ 'ਤੇ ਇੰਸਟਾ 'ਤੇ ਵੀ ਅਤੇ ਆਏ ਤਾਂ ਦੋ ਤਿੰਨ ਦਿਨ ਹੋ ਗਏ ਤੁਹਾਨੂੰ ਪਤਾ ਮੈਂ ਥੋੜ੍ਹਾ ਜਿਹਾ ਪੇਪਰ ਦੇ ਚੱਕਰ 'ਚ ਮਾੜਾ ਬਿਜੀ ਵੱਧ ਸੀਗਾ ਅਤੇ ਬਾਕੀ ਬਾਈ ਬਣ ਕੇ ਗਰਦ ਕੱਢ ਦਿਓ ਵੀ ਗਾਣੇ ਤਾਂ ਆਪਣੇ ਕੱਢਣੀ ਗਰਦ ਅਤੇ ਬਾਈ ਗੁਲਾਬ ਸਿੱਧੂ ਜੌਂਟੀ ਢਿੱਲੋਂ ਅਤੇ ਭਰਾ ਬਣ ਕੇ ਪਤਾ ਲੱਗਿਆ ਆਪਣੇ ਚੈਨਲ 'ਤੇ ਬੱਲੇ ਬੱਲੇ ਹੋ ਗਈ ਅਤੇ ਬਾਈ ਦੀ ਸਪੋਰਟ ਪੂਰੀ ਸਿੱਧੂ ਮੂਸੇ ਨਾਲ ਆ ਰਿਹਾ ਬਾਈ ਦਾ ਗਾਣਾ ਦੇਖੋ ਅਤੇ ਚਲੋ ਬਾਕੀ ਹੁਣ ਮਿਲਾਂਗੇ ਆਪਾਂ ਅਗਲੇ ਬਲੌਗ 'ਚ ਚਲੋ ਬਾਕੀ ਭਰਾ ਬਣ ਕੇ ਗਾਣੇ ਵੀ ਚੱਕ ਦਿਓ ਫੱਟੇ ਗਾਣੇ ਦੇ ਅਤੇ ਬਾਕੀ ਦੇਖਦੇ ਹੁਣ ਅੱਗੋਂ ਇੱਕ ਦੋ ਦਿਨਾਂ ਨੂੰ ਬਾਅਦ 'ਚ ਬਾਈ ਹੁਰੇ ਨਾਲ ਹੀ ਬਲੌਕ ਆ ਰਿਹਾ ਆਪਣਾ ਅਤੇ ਬਾਈ ਹੁਰੇ ਨਾਲ ਹੀ ਚੱਲਣਾ ਆਪਣੇ ਕੰਮ ਕਿਤੇ ਅਤੇ ਉਹਦੇ ਪਾਵਾਂਗੇ ਬਲੌਕ ਇਹਨਾਂ ਨਾਲ ਪੂਰਾ ਅਤੇ ਬਾਕੀ ਹੁਣ ਜਾ ਕੇ ਇੱਥੇ ਕੰਮ ਥੋੜ੍ਹਾ ਜਿਹਾ ਤਾਂ ਕਰਕੇ ਬਲੌਗ ਬਣਾਏ ਨਹੀਂ ਤੀ ਉਹਦੇ ਨਾਲ ਉਹਨਾਂ ਦੇ ਥੋੜ੍ਹਾ ਜਿਹਾ ਕੰਮ ਤੀ ਅਤੇ ਬਾਕੀ ਉਹਨਾਂ ਪਤਾ ਮੈਂ ਵੀ ਥੋੜ੍ਹਾ ਜਿਹਾ ਬਿਜੀ ਤੀ ਦੋ ਤਿੰਨ ਦਿਨ ਹੁਣ ਪੇਪਰ 'ਚ ਬਾਕੀ ਭਰਾ ਬਣ ਕੇ ਵਿਊ ਵਧਾਓ ਬਲੌਗ 'ਤੇ ਵਿਊ ਨਹੀਂ ਹੋ ਰਿਹਾ ਆਪਣੇ
ਤੇ ਉਹਦੇ ਕਰਕੇ ਕਈ ਵਾਰ ਤਾਂ ਮੇਰਾ ਮਨ ਹੀ ਅੱਕ ਜਾਂਦਾ ਵੀ ਸਾਡੇ ਯਾਰ ਕੀ ਹੁਣ ਚੈਨਲ 'ਤੇ ਆਵਾਂਗੇ ਆਪਾਂ, ਅਤੇ ਫਿਰ ਮੋਟੇ ਉਰੇ ਹਿੰਮਤ ਦੇ ਦਿੰਦੇ ਦੋਵੇਂ ਜਾਣੇ, ਦੋਵੇਂ ਮੋਟੇ ਵੀ ਨਹੀਂ ਆਏ ਨਹੀਂ ਸੁਣਦਾ ਚੱਕੀ ਚੱਲ ਫੱਟੇ। ਅਤੇ ਚਲੋ ਬਾਕੀ ਮਿਲਦੇ ਹਾਂ, ਕਰ ਲੈਣੇ ਵਲੋਗ 'ਚ ਅੱਜ ਇੰਨਾ ਹੀ, ਅਤੇ ਕਿਉਂਕਿ ਅੱਜ ਤੈਨੂੰ ਪਤਾ ਦੋ ਦਿਨ ਪੇਪਰਾਂ ਟੈਸਟ ਲਾ ਕੇ ਉੱਠੇ ਅੱਜ ਮੈਂ 1:30 ਵਜੇ ਦੀ, ਅਤੇ ਬਸ ਫਿਰ ਜਿਹੜਾ ਸਮਾਨ ਲੈਣਾ ਆ ਗਿਆ ਇੱਧਰ ਨੂੰ ਸੰਗਰੂਰ ਵੱਲ ਨੂੰ। ਅਤੇ ਬਾਕੀ ਮਿਲਦੇ ਹਾਂ ਹੁਣ ਕੱਲ੍ਹ ਵਾਲੇ ਵਧੀਆ ਵਲੋਗ 'ਚ, ਯੂਨਟੀ ਉਹਨਾਂ ਨੂੰ ਮਿਲਾਂਗੇ ਹੁਣ ਤਾਂ, ਹੁਣ ਕਈ ਵਲੋਗ ਆਪਾਂ ਪਾਵਾਂਗੇ ਉਹਨਾਂ ਨਾਲ ਸਾਰੇ, ਹੁਣ ਉਹਨਾਂ ਨਾਲ ਹੀ ਦੋ ਤਿੰਨ ਦੋ ਦਿਨ।